ਮੋਗਾ ਦੀ ਇੱਕ ਹੋਰ ਕ੍ਰਿਕਟਰ ਆ ਸਾਡੀ ਹਰਮਨਪ੍ਰੀਤ ਕੌਰ, ਬਹੁਤ ਲੰਬੇ ਲੰਬੇ ਛੱਕੇ ਲਾਉਂਦੀ ਆ ਇਹ, ਤੇ ਹਰਮਨਪ੍ਰੀਤ ਹੁਣ ਗੱਲ ਕਰੇਗੀ, ਕ੍ਰਿਕਟਰ ਸਾਡੀ ਇੰਡੀਆ ਟੀਮ ਦੀ ਕੈਪਟਨ। ਸਤਿ ਸ੍ਰੀ ਅਕਾਲ ਸਰ, ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟੀਸਪੇਟ ਕੀਤਾ ਸੀ ਔਰ ਅਸੀਂ ਗੋਲਡ ਮੈਡਲ ਲੈ ਕੇ ਆਏ ਹਾਂ। ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰਪਰੇਸ਼ਨ ਲਈ ਵੀ ਪੈਸੇ ਮਿਲੇ, ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ ਨੋ ਕਿਸੇ ਲਈ ਅਮਾਊਂਟ ਮੇ ਵੀ ਛੋਟੀ ਹੋਵੇ ਪਰ ਸਾਡੇ ਲਈ ਬਹੁਤ ਵੱਡੀ ਹੈ, ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯੂ ਨੋ ਜਦੋਂ ਸਟਾਰਟ ਕੀਤਾ ਸੀ ਖੇਡਣਾ ਉਦੋਂ ਸਾਰੇ ਇਹੀ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ, ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ। ਪਰ ਹੁਣ ਜਿਹੜੀ ਗਵਰਨਮੈਂਟ ਇੰਨਾ ਸਾਨੂੰ ਸਪੋਰਟ ਕਰ ਰਹੀ ਹੈ, ਆਈ ਐਮ ਸ਼ੋਰ ਕਿ ਬਾਕੀ ਦੇ ਬੱਚਿਆਂ ਨੂੰ ਵੀ ਹੁਣ ਪੇਰੈਂਟਸ ਔਰ ਉਹਨਾਂ ਦੇ ਆਂਢੀ ਗੁਆਂਢੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ, ਕਿਉਂਕਿ ਇੱਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ। ਥੈਂਕ ਯੂ ਸੋ ਮਚ। ਮੋਗਾ ਦੀ ਇੱਕ ਹੋਰ ਕ੍ਰਿਕਟਰ ਆ ਸਾਡੀ ਹਰਮਨਪ੍ਰੀਤ ਕੌਰ, ਬਹੁਤ ਲੰਬੇ ਲੰਬੇ ਛੱਕੇ ਲਾਉਂਦੀ ਆ ਇਹ, ਤੇ ਹਰਮਨਪ੍ਰੀਤ ਹੁਣ ਗੱਲ ਕਰੇਗੀ, ਕ੍ਰਿਕਟਰ ਸਾਡੀ ਇੰਡੀਆ ਟੀਮ ਦੀ ਕੈਪਟਨ। ਸਤਿ ਸ੍ਰੀ ਅਕਾਲ ਸਰ, ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟੀਸਪੇਟ ਕੀਤਾ ਸੀ ਔਰ ਅਸੀਂ ਗੋਲਡ ਮੈਡਲ ਲੈ ਕੇ ਆਏ ਹਾਂ। ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰਪਰੇਸ਼ਨ ਲਈ ਵੀ ਪੈਸੇ ਮਿਲੇ, ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ ਨੋ ਕਿਸੇ ਲਈ ਅਮਾਊਂਟ ਮੇ ਵੀ ਛੋਟੀ ਹੋਵੇ ਪਰ ਸਾਡੇ ਲਈ ਬਹੁਤ ਵੱਡੀ ਹੈ, ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯੂ ਨੋ ਜਦੋਂ ਸਟਾਰਟ ਕੀਤਾ ਸੀ ਖੇਡਣਾ ਉਦੋਂ ਸਾਰੇ ਇਹੀ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ, ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ। ਪਰ ਹੁਣ ਜਿਹੜੀ ਗਵਰਨਮੈਂਟ ਇੰਨਾ ਸਾਨੂੰ ਸਪੋਰਟ ਕਰ ਰਹੀ ਹੈ, ਆਈ ਐਮ ਸ਼ੋਰ ਕਿ ਬਾਕੀ ਦੇ ਬੱਚਿਆਂ ਨੂੰ ਵੀ ਹੁਣ ਪੇਰੈਂਟਸ ਔਰ ਉਹਨਾਂ ਦੇ ਆਂਢੀ ਗੁਆਂਢੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ, ਕਿਉਂਕਿ ਇੱਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ। ਥੈਂਕ ਯੂ ਸੋ ਮਚ। ਮੋਗਾ ਦੀ ਇੱਕ ਹੋਰ ਕ੍ਰਿਕਟਰ ਆ ਸਾਡੀ ਹਰਮਨਪ੍ਰੀਤ ਕੌਰ, ਬਹੁਤ ਲੰਬੇ ਲੰਬੇ ਛੱਕੇ ਲਾਉਂਦੀ ਆ ਇਹ, ਤੇ ਹਰਮਨਪ੍ਰੀਤ ਹੁਣ ਗੱਲ ਕਰੇਗੀ, ਕ੍ਰਿਕਟਰ ਸਾਡੀ ਇੰਡੀਆ ਟੀਮ ਦੀ ਕੈਪਟਨ। ਸਤਿ ਸ੍ਰੀ ਅਕਾਲ ਸਰ, ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟੀਸਪੇਟ ਕੀਤਾ ਸੀ ਔਰ ਅਸੀਂ ਗੋਲਡ ਮੈਡਲ ਲੈ ਕੇ ਆਏ ਹਾਂ। ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰਪਰੇਸ਼ਨ ਲਈ ਵੀ ਪੈਸੇ ਮਿਲੇ, ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ ਨੋ ਕਿਸੇ ਲਈ ਅਮਾਊਂਟ ਮੇ ਵੀ ਛੋਟੀ ਹੋਵੇ ਪਰ ਸਾਡੇ ਲਈ ਬਹੁਤ ਵੱਡੀ ਹੈ, ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯੂ ਨੋ ਜਦੋਂ ਸਟਾਰਟ ਕੀਤਾ ਸੀ ਖੇਡਣਾ ਉਦੋਂ ਸਾਰੇ ਇਹੀ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ, ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ। ਪਰ ਹੁਣ ਜਿਹੜੀ ਗਵਰਨਮੈਂਟ ਇੰਨਾ ਸਾਨੂੰ ਸਪੋਰਟ ਕਰ ਰਹੀ ਹੈ, ਆਈ ਐਮ ਸ਼ੋਰ ਕਿ ਬਾਕੀ ਦੇ ਬੱਚਿਆਂ ਨੂੰ ਵੀ ਹੁਣ ਪੇਰੈਂਟਸ ਔਰ ਉਹਨਾਂ ਦੇ ਆਂਢੀ ਗੁਆਂਢੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ, ਕਿਉਂਕਿ ਇੱਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ। ਥੈਂਕ ਯੂ ਸੋ ਮਚ।